ਦੇਖੋ ਦੋ ਤਿੰਨ ਚੀਜ਼ਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਰਿਆਂ ਨਾਲੋਂ ਪਹਿਲੇ ਅਤੇ ਮੈਂ ਇਹਨਾਂ ਦੀ ਕੰਪਨਸੇਸ਼ਨ ਮੰਗੀ ਹੈ ਕੰਪਨਸੇਸ਼ਨ ਇਹ ਮੰਗੀ ਹੈ ਕਿ ਇਹਦੇ ਵਿੱਚ ਅਗਰ ਐਡਮਿਨਿਸਟ੍ਰੇਸ਼ਨ ਵੱਲੋਂ ਲੈਪਸ ਨਾ ਹੋਣ ਅਤੇ ਜੋ ਪੰਜਾਬ ਦੇ ਵਿੱਚ ਇੱਕ ਪੈਰਾਮੀਟਰ ਗਵਰਨਮੈਂਟ ਨੇ ਤਿਆਰ ਕੀਤਾ ਕਿ ਅਸੀਂ ਜਿੱਥੇ ਵੀ ਕਿਤੇ ਡੈਥ ਕੇਸਿਸ ਹੋਣ ਉਹਨਾਂ ਨੂੰ ਅਸੀਂ ਕੋਈ 2 ਲੱਖ ਜਾਂ 3 ਲੱਖ ਰੁਪਇਆ ਜੋ ਦਿੰਦੇ ਹਾਂ ਉਹ ਹਰ ਜਗ੍ਹਾ ਚੱਲਦਾ ਅਤੇ ਕੋਈ ਐਕਸਟਰਾ ਉਹਦੇ ਵਾਸਤੇ ਮੰਗ ਵੀ ਨਹੀਂ ਇਹਦੇ ਵਿੱਚ ਜੇ ਐਡਮਿਨਿਸਟ੍ਰੇਸ਼ਨ ਆਪਣੇ ਟਾਈਮ ਸਿਰ ਕਦਮ ਇਹਨੇ ਉਠਾਇਆ ਹੁੰਦਾ ਅਤੇ ਸਾਰਿਆਂ ਦੀਆਂ ਇੰਨੀਆਂ 23 ਜਿਹੜੀਆਂ ਡੈਥਸ ਹੋ ਜਾਂਦੀਆਂ ਉਹ ਵੀ ਬਚ ਜਾਂਦੀਆਂ ਤਾਂ ਅਸੀਂ ਇਹੀ ਗੱਲ ਕਹਿ ਰਹੇ ਹਾਂ ਕਿ ਐਡਮਿਨਿਸਟ੍ਰੇਸ਼ਨ ਦੇ ਲੈਪਸ ਕਾਰਨ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਸਰਕਾਰ ਦੀ ਐਨ ਸਰਕਾਰ ਸਾਡੀ ਤਾਂ ਇਸ ਲੈਪਸ ਕਾਰਨ ਹੀ ਮੈਂ ਗਵਰਨਮੈਂਟ ਆਫ ਪੰਜਾਬ ਨੂੰ ਇਹ ਗੱਲ ਕਹੀ ਹੈ ਕਿ 25-25 ਲੱਖ ਰੁਪਇਆ ਤੁਹਾਨੂੰ ਦੇਣਾ ਚਾਹੀਦਾ ਕਿਉਂਕਿ ਲੈਪਸ ਸਾਡੀ ਆਪਣੀ ਐਡਮਿਨਿਸਟ੍ਰੇਸ਼ਨ ਵੱਲੋਂ ਨੰਬਰ 2 ਇੰਜਰਡ ਨੂੰ ਉਹਨਾਂ ਦੀ ਕਿੰਨੀ ਕੁ ਉਹਨਾਂ ਦੀ ਸਮਝੋ ਸੱਟ ਵੱਜੀ ਉਸ ਮੁਤਾਬਕ ਅਤੇ ਕੰਪਨਸੇਸ਼ਨ ਵੀ ਜਿੰਨੀ ਕੁ ਮਕਾਨਾਂ ਦੀ ਜਾਂ ਦੁਕਾਨਾਂ ਦਾ ਜਿੰਨਾ ਨੁਕਸਾਨ ਉਹਦੇ ਮੁਤਾਬਕ ਨੰਬਰ 2 ਇਹ ਮੈਂ ਗੱਲ ਕਹੀ ਹੈ ਕਿ ਇਮੀਜੀਏਟਲੀ ਦੀਵਾਲੀ ਤੋਂ ਪਹਿਲੇ ਜਿੰਨੀਆਂ ਵੀ ਐਕਸਪਲੋਜ਼ਿਵ ਦੀਆਂ ਦੁਕਾਨਾਂ ਨੇ ਪਟਾਕਿਆਂ ਦੀਆਂ ਦੁਕਾਨਾਂ ਨੇ ਇਹ ਸਾਰੀਆਂ ਸ਼ਹਿਰਾਂ 'ਚੋਂ ਬਾਹਰ ਕੱਢੀਆਂ ਨੇ ਇਹ ਸਾਰੇ ਸ਼ਹਿਰਾਂ ਦੇ ਵਿੱਚ ਬੜੀ ਡੈਂਸ ਪਾਪੂਲੇਸ਼ਨ ਜਿੱਥੇ ਬਹੁਤ ਵੱਡੀ ਤਾਦਾਦ 'ਚ ਲੋਕ ਰਹਿੰਦੇ ਨੇ ਉੱਥੇ ਤੀਸਰੀ ਗੱਲ ਸਾਰਿਆਂ ਦੇ ਲਾਇਸੈਂਸ ਚੈੱਕ ਕੀਤੇ ਜਾਣ ਚੌਥੀ ਗੱਲ ਮੈਂ ਇਹਦੇ ਵਿੱਚ ਇਹ ਵੀ ਇਹ ਮੰਗ ਕੀਤੀ ਹੈ ਕਿ ਇਹ ਇਸ ਤੋਂ ਇਨਕੁਆਇਰੀ ਹਾਂ ਇਨਕੁਆਇਰੀ ਸੋਰੀ ਇਹਦਾ ਮੇਜਰ ਗੱਲ ਇਹਦੇ 'ਚ ਮੈਂ ਇਹ ਗੱਲ ਕਹੀ ਕਿ ਇਨਕੁਆਇਰੀ ਇਸ ਟਾਈਮ ਕਰ ਰਹੇ ਨੇ ADC ਜਨਰਲ ਅਤੇ ਨਾਲ ਕਰ ਰਹੇ ਨੇ SP ਲੈਵਲ ਦੇ ਅਫਸਰ ਤਾਂ ਮੈਂ ਸਮਝਦਾ ਕਿ ਜਿਹੜੇ ਉਸੇ ਜ਼ਿਲ੍ਹੇ ਨਾਲ ਤੁਲਕ ਰੱਖਦੇ ਅਫਸਰ ਨੇ ਨਾਲੇ ਜੂਨੀਅਰ ਅਫਸਰ ਇਹ ਸਹੀ ਬਹਿਣੇ ਜਸਟਿਸ ਨਹੀਂ ਦੇ ਪਾਉਣ ਇਹਨਾਂ 'ਤੇ ਕਈ ਕਿਸਮ ਦਾ ਪ੍ਰੈਸ਼ਰ ਹੋਏਗਾ ਜੇ ਗਵਰਨਮੈਂਟ ਆਫ ਪੰਜਾਬ ਬਟਾਲੇ ਦੇ ਲੋਕਾਂ ਨੂੰ ਜਸਟਿਸ ਦੇਣਾ ਚਾਹੁੰਦੀ ਇਮਾਨਦਾਰੀ ਨਾਲ ਫਿਰ ਮੇਰੀ ਰਾਏ ਹੈ ਕਿ ਕਿਸੇ ਵੀ ਸਿਟਿੰਗ ਹਾਈਕੋਰਟ ਦੇ ਰਿਟਾਇਰਡ ਜੱਜ ਸੋਰੀ ਸਿਟਿੰਗ ਨਹੀਂ ਰਿਟਾਇਰਡ ਹਾਈਕੋਰਟ ਦੇ ਕਿਸੇ ਜਸਟਿਸ ਨੂੰ ਇਨਕੁਆਇਰੀ ਦਿੱਤੀ ਜਾਏ ਪਰ ਇਹਦੇ ਵਿੱਚ ਜਿਹੜੇ ਲੋਕ ਜ਼ਿੰਮੇਵਾਰ ਨੇ ਉਹਨਾਂ 'ਤੇ ਬਕਾਇਦਾ ਤੌਰ 24 ਬੰਦਿਆਂ ਦੀ ਡੈਥ ਹੋ ਗਈ ਹੈ ਤਾਂ ਮੈਂ ਸਮਝਦਾ ਕਿ ਇਹ ਕਿਸੇ ਦੀ ਸਸਪੈਂਸ਼ਨ ਦਾ ਕੰਮ ਨਹੀਂ ਚੱਲਣਾ ਇਹਦੇ 'ਤੇ ਇੰਡੀਅਨ ਪੀਨਲ ਕੋਡ 302 IPC ਜਿਹੜਾ ਕਤਲ ਦੇ ਕੇਸ 'ਚ ਲੱਗਦਾ ਉਹ ਰਿਸਪੋਂਸੀਬਲ ਹੋਏਗਾ ਅਤੇ ਸਾਰੇ ਪੰਜਾਬ ਦੇ ਵਿੱਚ ਕੋਈ ਇਹਨਾਂ ਗੱਲਾਂ ਨੂੰ ਸੀਰੀਅਸਲੀ ਲਿਆ ਕਰੇ ਤੋ ਇਹਨਾਂ ਨੂੰ ਇਹ ਕਾਰਵਾਈ ਕਰਨ ਤਾਂ ਮੈਂ ਇਹ ਮੰਗ ਕਰਾਂਗਾ ਇਹਦੀ ਚਿੱਠੀ ਵੀ ਮੈਂ ਮੋਸਟ ਪ੍ਰੋਬਲੀ ਕੱਲ੍ਹ ਨਹੀਂ ਤਾਂ ਪਰਸੋਂ ਤੱਕ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੀ ਲਿਖ ਰਿਹਾ ਫਿਰ ਚੀਫ ਸੈਕਟਰੀ ਸਾਹਿਬ ਨੂੰ ਵੀ ਲਿਖਾਂਗਾ ਫਿਰ ਜਿੱਥੇ ਹੋਰ ਵੀ ਜਾਣ ਦੀ ਲੋੜ ਪਏਗੀ ਮੈਂ ਜਾਵਾਂਗਾ ਦੱਸੋ ਅਪੀਲ ਗਵਰਨਮੈਂਟ ਆਫ ਪੰਜਾਬ ਨੇ ਕਰੂੰਗਾ ਕਿ ਜਿੰਨੀ ਜਲਦੀ ਦੇ ਵਿੱਚ ਤੁਸੀਂ ਸਿਮਰਨਜੀਤ ਸਿੰਘ ਬੈਂਸ 'ਤੇ ਐਕਸ਼ਨ ਲਿਆ ਉਨਹੀ ਜਲਦੀ ਇਹਨਾਂ 'ਤੇ ਵੀ ਹੋਣਾ ਚਾਹੀਦਾ ਇੱਥੇ ਤਾਂ 24 ਲੋਕਾਂ ਦੀਆਂ ਮੌਤਾਂ ਹੋਈਆਂ ਨੇ ਇਹਨੂੰ ਉਹਨਾਂ ਸੀਰੀਅਸਲੀ ਆਪਾਂ ਲਈਏ ਇਮੀਜੀਏਟਲੀ ਲੋਕਾਂ ਨੂੰ ਜਸਟਿਸ ਦਵਾਈਏ ਲੋਕਾਂ ਨੂੰ ਫੇਥ ਆਪਣੀ ਗਵਰਨਮੈਂਟ 'ਤੇ ਹੋਏ ਜੋ ਜਿਸ ਕਿਸਮ ਦਾ ਸਿਮਰਜੀਤ ਸਿੰਘ ਬੈਂਸ ਹੋਣਾ ਨੇ ਵਤੀਰਾ ਕੀਤਾ ਡਿਪਟੀ ਕਮਿਸ਼ਨਰ ਨੇ ਮੈਂ ਸਮਝਿਆ ਵਤੀਰਾ ਠੀਕ ਹੈ ਬੈਂਸ ਸਾਹਿਬ ਇੱਕ ਬਹੁਤ ਸੂਝਵਾਨ ਪੋਲੀਟੀਕਲ ਲੀਡਰ ਨੇ ਅਸੀਂ ਐਡਮਿਨਿਸਟ੍ਰੇਸ਼ਨ ਦੇ ਨਾਲ ਤੂੰ ਮੈਂ ਮਾਵਾਂ ਭੈਣਾਂ ਤੱਕ ਨਹੀਂ ਸਾਨੂੰ ਪਹੁੰਚਣਾ ਚਾਹੀਦਾ ਕਿਉਂਕਿ ਨੌਜਵਾਨ ਬੱਚੇ ਜਾਂ ਸੁਸਾਇਟੀ ਜਿਹੜੀ ਉਹ ਸਾਨੂੰ ਸਮਝਦੀ ਹੈ ਕਿ ਅਸੀਂ ਕਿਸ ਕਿਸਮ ਦੀ ਆਪਣੀ ਜ਼ੁਬਾਨ 'ਤੇ ਅੰਕੁਸ਼ ਰੱਖਦੇ ਹਾਂ ਕਿਸ ਕਿਸਮ ਦੀ ਸਾਡਾ ਬਿਹੇਵੀਅਰ ਹੈ ਇਹ ਵੀ ਗੱਲ ਚੰਗੇ ਸ਼ਬਦਾਂ 'ਚ ਵੀ ਕਹੀ ਜਾ ਸਕਦੀ ਸੀ ਬਾਜਵਾ ਸਾਹਿਬ ਜਦ ਸਰਕਾਰ ਦੇ ਮੰਤਰੀ ਕਰਦੇ ਨੇ ਉਹਨਾਂ ਦੇ ਪਰਚਾ ਦਰਜ ਨਹੀਂ ਹੁੰਦਾ ਆਸ਼ੂਤੋਸ਼ ਜੀ ਨੇ ਵੀ ਕੀਤਾ ਸੀ ਆਪਾਂ ਹੁਣ ਤੁਸੀਂ ਡਿਪਟੀ ਕਮਿਸ਼ਨਰ ਸਿੱਖਿਆ ਵਿਭਾਗ ਦੇ ਅਧਿਕਾਰੀ ਨਾਲ ਕੀਤਾ ਸੀ ਭਰੇ ਸਮਾਗਮ ਦੇ ਵਿੱਚ ਕੀਤਾ ਸੀ ਉਹਨਾਂ ਦੇ ਕਿਉਂ ਨਹੀਂ ਪਰਚਾ ਦਰਜ ਕੀਤਾ ਗਿਆ ਜੀ ਉਦੋਂ ਮੈਂ ਚੀਫ ਮਿਨਿਸਟਰ ਹੈ ਨਹੀਂ ਨਾ ਤੁਹਾਨੂੰ ਅਰਜ਼ੀ ਸਰਕਾਰ ਦਾ ਮੰਤਰੀ ਸਰਕਾਰ ਦਾ ਮੰਤਰੀ ਉਹਨਾਂ ਦੇ ਜਿਹੜੇ ਗਿਣਤੀ ਆ ਤੁਸੀਂ ਆਉਂਦੇ ਆ ਸਾਹਮਣੇ ਉਹਨਾਂ ਦੀ ਕੀ ਕਾਰਵਾਈ ਹੋਣੀ ਚਾਹੀਦੀ ਉਹਦੇ ਬਾਰੇ ਗਿਣਤੀ ਜਿਹੜੇ ਮੈਂ ਦੱਸਿਆ ਜਿਹੜੇ ਆਦਮੀ ਤੇ ਜ਼ਿੰਮੇਵਾਰੀ ਬਣਦੀ ਕਿ ਜਿਨ੍ਹਾਂ ਨੇ 3 ਸਾਲ ਬਿਨਾਂ ਲਾਇਸੈਂਸ ਤੋਂ ਇੱਥੇ ਕੰਮ ਚੱਲਣ ਦਿੱਤਾ
ਉਹਨਾਂ ਦੇ ਆਈ ਪੀ ਸੀ ਇੰਡੀਅਨ ਪੀਨਲ ਕੋਡ ਦਾ ਦਫ਼ਾ 302 ਜਿਹੜੀ ਕਤਲ 'ਚ ਲੱਗਦੀ ਉਹਦੇ 'ਤੇ ਕਾਰਵਾਈ ਆਪਣੀ ਪੂਰੀ ਲੜਾਈ ਜਿਹੜੀ ਹੈ ਲੜਾਈ ਤੁਹਾਨੂੰ ਪਤਾ ਡੈਮੋਕ੍ਰੇਸੀ ਦੇ ਵਿੱਚ ਜਿਸ ਕਿਸਮ ਦੀ ਤੁਸੀਂ ਲੜਾਈ ਲੜਦੇ ਹੋ ਸੁਖੀ ਦੀ ਤਾਂ ਹੋ ਨਹੀਂ ਸਕਦੀ ਉਹ ਤਾਂ ਲੜਾਈ ਸ਼ਬਦਾਵਲੀ ਚਿੱਠੀਆਂ ਲਿਖਣੀਆਂ ਪ੍ਰੈਸ਼ਰ ਬਿਲਡ ਕਰਨਾ ਜਿੱਥੋਂ ਤੱਕ ਵੀ ਜਾਣਾ ਪਏਗਾ ਮੈਂ ਅੱਜ ਇਹ ਕਹਿਣਾ ਨਹੀਂ ਚਾਹੁੰਦਾ ਲੈਟ ਅਸ ਵੇਟ ਮੈਨੂੰ ਪੂਰਾ ਮਾਣ ਹੈ ਕਿ ਸਾਡੀ ਸਰਕਾਰ ਜਿਹੜੀ ਹੈ ਮੇਰੀ ਗੱਲ ਨੂੰ ਨਹੀਂ ਟਾਲੇਗੀ ਚੀਫ ਮਿਨਿਸਟਰ ਸਾਹਿਬ ਨਹੀਂ ਟਾਲਣਗੇ ਕਿਉਂਕਿ ਇਹ ਲੋਕਾਂ ਦਾ ਕੰਮ ਹੈ ਮੈਂ ਅੱਜ ਆਪਣੇ ਵਾਸਤੇ ਡਿਮਾਂਡ ਨਹੀਂ ਕਰਦਾ ਮੈਂ ਆਪਣੇ ਲੋਕਾਂ ਵਾਸਤੇ ਕਰ ਰਿਹਾ ਅਤੇ ਉਹਨਾਂ ਲੋਕਾਂ ਵਾਸਤੇ ਕਰ ਰਿਹਾ ਜਿਨ੍ਹਾਂ ਨੇ ਅੱਜ ਸਾਡੀ ਇਹ ਸਰਕਾਰ ਬਣਾਈ।